ਕਰਨ ਵਾਲੀ ਜਿਹੜੀ ਕੈਸ਼ ਵੈਨ ਸੀ ਵੀ ਕੁਝ ਗੁਲਦਾਨ ਸਰ ਨੇ ਉਹਨੂੰ ਭੋਗਪੁਰ ਆਦਮਪੁਰ ਰਸਤੇ ਦੇ ਵਿੱਚ ਰੋਕ ਕੇ ਉਹਦੇ 'ਚੋਂ ਲੁੱਟਿਆ। ਉਹਦੇ ਵਿੱਚ ਇੱਕ ਬਗੈਰ ਨੰਬਰ ਤੋਂ ਇੰਡੀਗੋ ਕਾਰ ਸੀਗੀ ਔਰ ਤਿੰਨ ਪਲਸਰ ਮੋਟਰਸਾਈਕਲ 'ਤੇ ਜਿਨ੍ਹਾਂ ਨੇ ਉਹ ਲੁੱਟ ਕੇ ਅਤੇ ਇੰਡੀਗੋ ਕਾਰ ਜਦੋਂ ਮੈਸੇਜ ਹੋਇਆ ਸਾਡੇ ਡੀ ਐੱਸ ਪੀ ਨੇ ਕਿਸੇ ਇੱਕ ਸੇਮ ਟਾਈਪ ਦੀ ਜਿਹੜੀ ਗੱਡੀ ਸੀਗੀ ਉਹਨੂੰ ਪਿੱਛਾ ਕਰਕੇ ਰੋਕਿਆ, ਜਿਹਦੇ ਵਿੱਚ ਇੱਕ ਜਿਹੜਾ ਡਰਾਈਵਰ ਸੀਗਾ ਉਹਨੇ ਗੱਡੀ ਭਜਾ ਲਈ ਔਰ ਉਹਨੂੰ ਚੇਜ਼ ਕਰਕੇ ਉਹਨੂੰ ਫੜਿਆ, ਜਿਹਦੇ ਕਿ ਫਿਰ ਫਾਇਰਿੰਗ ਦੇ ਨਾਲ ਉਹਦੀ ਗੋਲੀ ਲੱਗੀ ਹੈਗੀ ਹੈ। ਉਹਨੂੰ ਹੋਸਪਿਟਲ ਐਡਮਿਟ ਕਰਵਾਇਆ ਅਤੇ ਜਿਹੜਾ ਕੇਸ ਬਾਕੀ ਹੈਗਾ ਉਹ ਇਨਵੈਸਟੀਗੇਸ਼ਨ ਉਹਦਾ ਹਾਲੇ ਕਿਉਂਕਿ ਬੇਸੁਰਤ ਹੈਗਾ, ਹਾਲੇ ਉਹ ਪ੍ਰੋਸੈਸ ਹੈਗਾ। ਰਣਜੀਤ ਸਿੰਘ ਦੱਸਦਾ ਲੇਕਿਨ ਬਾਕੀ ਚੀਜ਼ਾਂ ਵੇਰੀਫਾਈ ਕਰ ਰਿਹਾ। ਫਸਟਲੀ ਤਾਂ ਉਹਨੂੰ ਠੀਕ ਕਰਨ ਦੀ ਜ਼ਰੂਰਤ। ਸਰ ਬਾਕੀ ਬੰਦੇ, ਬਾਕੀ ਬੰਦੇ ਤਾਂ ਹੁਣ ਜਿਹੜੇ ਪਲਸਰ 'ਤੇ ਨਿਕਲ ਗਏ ਸੀ ਕਿਉਂਕਿ ਦੌੜੀ ਹੈ ਔਰ ਜਦੋਂ ਪੁਲਿਸ ਪਾਰਟੀ ਨੇ ਰੋਕਣ ਵੀ ਕਿਹਾ ਔਰ ਬਗੈਰ ਨੰਬਰ ਤੋਂ ਸੀਗਾ ਅਤੇ ਉਹ ਫਿਰ ਚੇਜ਼ ਕਾਫੀ 3-4 ਕਿਲੋਮੀਟਰ ਚੇਜ਼ ਕਰਕੇ ਸਾਡੇ ਜਿਹੜੇ ਆਫਿਸਰ ਸੀਗੇ ਉਹਨਾਂ ਨੇ ਉੱਥੇ ਉਹਦੇ ਨਾਲ ਜਿਹੜਾ ਹੈਗਾ ਫੜਿਆ ਹੈਗਾ ਔਰ ਉਹਦੇ ਬੁਲਟ ਇੰਜਰੀ ਲੱਗੀ ਹੈਗੀ ਹੈ। ਸੋ ਰੀਜ਼ਨ ਉਹ ਠੀਕ ਹੈ। ਸਰ ਕਿੰਨੇ ਬੁਲਟ ਲੱਗੇ ਹੋਏ ਨੇ? ਬਸ ਇਹ 2-3 ਲੱਗੇ ਹੈਗੇ ਨੇ। ਅਤੇ ਸਰ ਬਾਕੀ ਬੰਦੇ ਦੌੜ ਗਏ ਨਾ? ਬਾਕੀ ਬੰਦੇ ਤਾਂ ਠੀਕ, ਬਾਕੀ ਇਨਵੈਸਟੀਗੇਸ਼ਨ ਕੈਸ਼ ਲੈ ਗਏ ਉਹ ਜਿਹੜੇ ਪਲਸਰ 'ਤੇ ਸੀਗੇ ਲੈ ਗਏ, ਬਾਕੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਕੰਡੀਸ਼ਨ ਕੀ ਹੈ ਸਰ ਪੇਸ਼ੈਂਟ ਦੀ? ਡਾਕਟਰ ਨੇ ਦੱਸਿਆ ਉਹ ਅੰਡਰ ਪ੍ਰੋਸੈਸ ਹੈਗਾ ਅਤੇ ਟ੍ਰੀਟਮੈਂਟ ਦੇ ਰਹੇ। ਮੈਂ ਦੇਖਣ ਆਇਆ ਡਰਾਈਵਰ ਉਹ ਆਈਡੈਂਟੀਫਾਈ ਹੋ ਗਿਆ। ਜਿਹੜਾ ਡਰਾਈਵਰ ਇਹ ਹੈ ਇਹ ਤਾਂ ਹੁਣ ਇਹਨੂੰ ਹੋਸ਼ ਆ ਜਾਂਦੀ ਹੈ, ਇਹਦੇ ਕੋਲ ਪਤਾ ਲੱਗ ਜਾਏ। ਠੀਕ ਹੈ ਨਾ, ਹਾਲੇ ਪ੍ਰੋਸੈਸ ਹੈ।